ਆਪਣੇ ਆਪ ਤੇ ਯਕੀਨ ਰੱਖੋ, ਕਿਉਂਕਿ ਬੰਦੇ ਦੀ ਹਾਰ ਉਦੋਂ ਹੁੰਦੀ ਹੈ ਜਦੋਂ ਖੁਦ ਹਾਰ ਮੰਨ ਲੈਂਦਾ। ਜਿੰਨਾ ਚਿਰ ਆਪ ਨਹੀਂ ਹਾਰ ਮੰਨ ਸਕਦਾ, ਉਹਨਾਂ ਚਿਰ ਫਿਰ ਕੋਈ ਹਰਾ ਨਹੀਂ ਸਕਦਾ। ਆਪਣੇ ਆਪ ਤੇ, ਆਪਣੀ ਮਿਹਨਤ ਤੇ ਯਕੀਨ ਹੋਣਾ ਚਾਹੀਦਾ। ਜਦੋਂ ਆਪਣੇ ਆਪ ਤੇ ਯਕੀਨ ਹੋ ਗਿਆ ਨਾ, ਫਿਰ ਬੰਦਾ ਕਿਸੇ ਵੀ ਮੰਜ਼ਿਲ ਤੱਕ ਪਹੁੰਚ ਸਕਦਾ।